ਮੇਰਾ ਐਤਕੀ ਜੀ ਪਹਿਲਾ ਬਿੱਲ 400 ਰੁਪਏ ਦਾ ਆ, ਇਕੱਲਾ ਇਹ ਕੰਮ ਨਹੀਂ ਕਰਦਾ ਗਾ, ਲਾਈਟ ਚਲੀ ਗਈ ਇਹਨੇ ਬੰਦ ਹੋ ਜਾਣਾ, ਬਿਜਲੀ ਬੋਰਡ ਨੇ ਕੋਲੋਂ ਤੁਹਾਨੂੰ ਕੁਛ ਨਹੀਂ ਦੇਣਾ, 20% ਉਹਨਾਂ ਨੇ ਬਿੱਲ ਲੈਣਾ ਹੀ ਲੈਣਾ। ਜੇਕਰ ਤੁਹਾਡੇ ਘਰ ਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਆਉਂਦਾ ਅਤੇ ਤੁਸੀਂ ਪਰੇਸ਼ਾਨ ਹੋ ਅਤੇ ਤੁਸੀਂ ਸੋਚ ਲਿਆ ਵੀ ਆਪਾਂ ਸੋਲਰ ਪੈਨਲ ਲਵਾ ਲਈਏ ਅਤੇ ਆਪਣਾ ਘਰ ਦਾ ਖਰਚ ਘੱਟ ਜੂਗਾ, ਪਰ ਉਹਦੇ ਵਿੱਚ ਇੱਕ ਮਿੰਟ ਲਈ ਤੁਹਾਨੂੰ ਇਹ ਸੋਚਣਾ ਪੈਣਾ ਵੀ ਆਪਾਂ ਸੋਲਰ ਪੈਨਲ ਲਵਾਉਣਾ ਕਿਹੜਾ ਹੈ। ਜਿਹੜੀ ਗਲਤ ਜਾਣਕਾਰੀ ਹੈ ਉਹ ਤੁਹਾਡਾ ਐਡਾ ਵੱਡਾ ਨੁਕਸਾਨ ਕਰ ਸਕਦੀ ਹੈ, ਤੁਸੀਂ ਸੋਚ ਹੀ ਨਹੀਂ ਸਕਦੇ। ਸੋਲਰ ਪੈਨਲ ਲੱਗ ਰਹੇ ਆ, ਬਹੁਤ ਸਾਰੇ ਲੋਕਾਂ ਨੇ ਲਵਾਉਣੇ ਸ਼ੁਰੂ ਕਰਤੇ ਆ, ਪਰ ਉਹਦੇ ਵਿੱਚ ਠੱਗੀ ਕਿੱਥੇ ਕਿੱਥੇ ਵੱਜ ਸਕਦੀ ਹੈ ਉਹਦੇ ਬਾਰੇ ਅੱਜ ਪਰਤਾਂ ਖੋਲ੍ਹਣਗੇ ਸਾਡੇ ਨਾਲ ਖੁਸ਼ਵਿੰਦਰ ਬਰਾੜ ਜੀ। ਇਹਨਾਂ ਦੇ ਘਰ ਦੇ ਵਿੱਚ ਇੱਥੇ 3 ਕਿਲੋਵਾਟ ਦਾ ਪੈਨਲ ਲੱਗਿਆ ਹੋਇਆ ਨਾ, ਕਈ ਵਾਰੀ ਕੀ ਹੁੰਦਾ ਕੋਈ ਕੁਦਰਤੀ ਆਫਤ ਕਰਕੇ ਕੋਈ ਨੁਕਸਾਨ ਵੀ ਹੋ ਜਾਂਦਾ, ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਕਿ ਚੱਲਦਾ ਕਿਵੇਂ ਆ। ਇੱਕ ਲੋਕਾਂ ਨੂੰ ਨੈੱਟ ਮੀਟਰਿੰਗ ਜਿਹੜੇ ਲੱਗਦੇ ਉਹਦੇ ਵਿੱਚ ਇਹ ਬੜਾ ਵੱਡਾ ਭੁਲੇਖਾ ਹੈ ਵੀ ਸ਼ਾਇਦ ਇਹ ਲਾਈਟ ਤੋਂ ਬਿਨਾਂ ਚੱਲਦਾ, ਜਾਂ ਫਿਰ ਜਿੰਨੀ ਲਾਈਟ ਆਪਣੀ ਸੇਵ ਹੋਊਗੀ ਬਿਜਲੀ ਬੋਰਡ ਉਲਟੇ ਆਪਾਂ ਨੂੰ ਪੈਸੇ ਦੇ ਦੂਗਾ, ਪਰ ਇਹੋ ਜਿਹਾ ਕੁਛ ਨਹੀਂ ਗਾ। ਇਹ ਸਾਰੀ ਜਾਣਕਾਰੀ ਆਪਾਂ ਡਿਟੇਲ 'ਚ ਇਹਨਾਂ ਨੂੰ ਪੁੱਛਦੇ ਹਾਂ ਕਿ ਅਸਲ ਦੇ ਵਿੱਚ ਜਿਹੜੇ ਹੁਣ ਔਨ ਗ੍ਰਿਡ ਸਿਸਟਮ ਲੱਗਦੇ ਹੈਗੇ, ਸੋਲਰ ਪੈਨਲ ਲੱਗਦੇ ਆ, ਉਹ ਕੰਮ ਕਿਵੇਂ ਕਰਦੇ ਹੈਗੇ? ਤੁਹਾਡੇ ਕੋਲ ਜਿਹੜਾ ਲੱਗਿਆ ਉੱਥੋਂ ਸ਼ੁਰੂ ਕਰਕੇ ਸਾਰੀ ਡਿਟੇਲ ਦੱਸੋ ਵੀ ਕਿਵੇਂ ਕਿਵੇਂ ਜਿਹੜੇ ਕਿਸਾਨ ਨਾਲ ਧੋਖਾ ਹੋ ਸਕਦਾ। ਹਾਂ, ਇਹ ਜਗਸੀਰ ਜੀ, ਗੱਲ ਇਹ ਹੈ ਵੀ ਜਿਹੜਾ ਹੁਣ ਆਪਣਾ 3 ਕਿਲੋਵਾਟ ਦਾ ਮੈਂ ਲਵਾਇਆ, ਇਹਦੇ 'ਚ ਜਿਵੇਂ ਪਲੇਟਾਂ ਆ ਨਾ, ਇਹਦਾ ਸਾਈਜ਼ ਹੈ 6x3 ਇੰਚ, 2-2 ਇੰਚ ਵੱਡੇ ਹੁੰਦੇ ਆ, ਤਕਰੀਬਨ ਸਾਰਿਆਂ ਦਾ ਸੇਮ ਸਾਈਜ਼ ਹੁੰਦਾ, ਔਰ ਇਹ 320 ਵਾਟ ਦਾ ਹੈ। ਆਪਣੇ 365 ਵਾਟ ਤੱਕ ਦੇ ਪੈਦਾ ਹੋ ਚੁੱਕੇ ਆ, ਚਾਈਨਾ ਨੇ 500 ਵਾਟ ਤੱਕ ਦੇ ਪੈਦਾ ਕਰ ਲਏ। ਪਰ ਇਹਦੇ 'ਚ ਗੱਲ ਇਹ ਹੈ ਵੀ ਜੇ ਤੁਹਾਡਾ ਲਾਉਂਦੇ 1 ਕਿਲੋਵਾਟ ਦੇ 1000 ਵਾਟ ਚਾਹੀਦੇ ਹੈ, ਜੇ ਉਹ 300 ਵਾਲਾ ਲਾ ਗਿਆ 20 ਦੀ ਬਜਾਏ, ਤੁਹਾਡਾ 100 ਵਾਟ ਤਾਂ ਉੱਥੇ ਹੀ ਖਾ ਗਿਆ, ਉਹ ਕਹਿ ਦੇਣਾ ਉਹਨੇ 1 ਕਿਲੋਵਾਟ ਹੈ, ਇੱਕ ਗੱਲ। ਦੂਜੀ ਗੱਲ, ਹੁਣ ਥਾਂ ਥਾਂ 'ਤੇ ਡੀਲਰ ਆਪਣੇ 3000 ਕੰਪਨੀ ਹੈ ਜਿਹੜੀ ਵੱਡੀ ਇਹਦੀ ਮੈਨੂਫੈਕਚਰਿੰਗ ਦੇ ਵਿੱਚ ਜਾਂ ਅਸੈਂਬਲਿੰਗ ਕਰੀ ਜਾਂਦੇ ਆ, ਉਹਦੇ ਵਿੱਚ ਤੁਸੀਂ ਇਹ ਵੇਖੋ ਵੀ ਕੋਈ ਬੰਦਾ ਤਾਂ ਕਹਿ ਦਿੰਦਾ ਮੈਂ 40,000 ਦਾ ਕਿਲੋਵਾਟ ਲਾ ਦੂੰਗਾ ਜੀ, ਕੋਈ ਕਹਿ ਦਿੰਦਾ ਮੈਂ 60,000 ਲਊਂਗਾ, ਪਰ ਉਹਦੇ 'ਚ ਫਰਕ ਕੀ ਹੈ ਵੀ ਦਿੱਲੀ ਤੋਂ ਚਾਈਨਾ ਮੇਡ ਸਾਰਾ ਸਮਾਨ ਆਈ ਜਾਂਦਾ, ਉੱਥੋਂ ਲਿਆ ਕੇ ਚੱਕ ਕੇ ਡੀਲਰ ਲਾਈ ਜਾਂਦੇ ਆ, ਉਹਦੀ ਕੋਈ ਰਿਪਲੇਸਮੈਂਟ ਵਾਰੰਟੀ ਗਰੰਟੀ ਨਹੀਂ ਮਿਲਦੀ, ਇਹ ਠੱਗੀ ਦਾ ਕੰਮ ਹੈ। ਤੁਸੀਂ ਪੂਰੇ ਪੈਸੇ ਭਰ ਕੇ ਆਪਦੀ ਚੀਜ਼ ਲਵਾਓ। ਹੁਣ ਮੈਂ ਜਿਹੜੀ ਜਸੀਰ ਜੀ ਤੁਸੀਂ ਗੱਲ ਕਹੀ ਬਿੱਲ ਇਹ 80% ਆਪਣੇ ਤੋਂ ਵਾਪਸੀ ਲੈਣੀ ਹੈ ਯੂਨਿਟਾਂ ਦੇ ਵਿੱਚ ਰੂਪ 'ਚ, ਜੇ ਤੁਸੀਂ 100 ਯੂਨਿਟ ਬਾਲ ਲਈ ਹੈ ਤਾਂ 80 ਉਹਨਾਂ ਨੇ ਵਾਪਸ ਲੈਣੇ, ਪੈਦਾ ਤੁਸੀਂ 85 ਕਰ ਦਿਓ, 110 ਕਰ ਦਿਓ, ਉਹਦਾ ਕੋਈ ਮੈਨਾ ਨਹੀਂ, ਉਤਲੇ ਤੁਹਾਡੇ ਉਹ ਉਹਨਾਂ ਦੇ ਖਾਤੇ ਜਾ ਵੜਨਗੇ, ਫਾਲਤੂ ਹੈ। ਪਹਿਲੀ ਗੱਲ, ਬਿਜਲੀ ਬੋਰਡ ਨੇ ਕੋਲੋਂ ਤੁਹਾਨੂੰ ਕੁਛ ਨਹੀਂ ਦੇਣਾ, 20% ਉਹਨਾਂ ਨੇ ਬਿੱਲ ਲੈਣਾ ਹੀ ਲੈਣਾ, ਇਹ ਆਪਣੇ ਬਹੁਤ ਇਹ ਵਹਿਮ ਹੈ ਹੈ ਨਾ। ਇੱਕ ਇਹ ਹੈ ਗੱਲ ਵੀ ਜਦੋਂ ਲਾਈਟ ਚਲੀ ਜਾਂਦੀ ਹੈ, ਲਾਈਟ ਦੇ ਨਾਲ ਮਿਕਸ ਹੋ ਕੇ ਇਹ ਲਾਈਟ ਚੱਲਦੀ ਹੈ, ਉਹਦੇ ਨਾਲ ਚੱਲਦੀ ਹੈ, ਇਕੱਲਾ ਇਹ ਕੰਮ ਨਹੀਂ ਕਰਦਾ ਗਾ, ਲਾਈਟ ਚਲੀ ਗਈ ਇਹਨੇ ਬੰਦ ਹੋ ਜਾਣਾ, ਰਾਤ ਨੂੰ ਇਹਨੇ ਕੰਮ ਕਰਨਾ ਹੀ ਨਹੀਂ। ਸੋ ਇਹ ਕਈ ਗੱਲਾਂ ਕਲੀਅਰ ਕਰਨ ਵਾਲੀਆਂ, ਇਹਦੇ 'ਚ ਠੱਗੀ ਵੀ ਬਹੁਤ ਹੈ। ਇਹਦੇ 'ਚ ਹੁਣ ਜਿਹੜਾ ਥੱਲੇ ਸਟਰਕਚਰ ਹੈ, ਉਹਦੇ 'ਚ ਸੁਰਾਖਾਂ ਵਾਲੇ ਇਹਨਾਂ ਨੇ ਪੈਨਲ ਥੱਲੇ ਸਟਰਕਚਰ ਲਾਇਆ ਹੁੰਦਾ, ਉਹਦੇ 'ਚ ਤੁਸੀਂ ਸੋਚੋ ਵੀ ਕਿੰਨਾ ਲੋਹਾ ਘੱਟ ਲੱਗਦਾ, ਇਹ ਸਾਰੇ ਨਿਕਰ ਲਵਾਏ ਹੋਏ ਆ ਅਸੀਂ, ਸਾਬਤ ਹੈ ਹਨਾ। ਉਹ ਮੋਰੀਆਂ ਵਾਲੇ ਸਾਰੇ ਲਾ ਦਿੰਦੇ ਆ, ਜਿਹੜੀਆਂ ਤਾਰਾਂ ਆਉਂਦੀਆਂ ਥੱਲੇ ਉਹ ਹੈਵਲਸ ਦੀਆਂ ਆਉਂਦੀਆਂ, ਇੰਪੋਰਟੈਂਟ ਆਉਂਦੀਆਂ, ਜਿਹੜੀ ਤੁਹਾਡੇ ਕੇਬਲ ਜਾਣੀ ਹੈ ਉਹ ਜਿਵੇਂ ਤੁਸੀਂ ਇੰਟਰਨੈਸ਼ਨਲ ਬ੍ਰਾਂਡ ਹੈ, ਚੰਗੇ ਬ੍ਰਾਂਡ ਆਪਣੇ ਉਹਦੀਆਂ ਦੂਜਿਆਂ ਨੇ ਦੇਸੀ ਵੀ ਲਾ ਜਾਣੀ ਹੈ। ਸੋ ਇਹ ਸਾਰੀਆਂ ਗੱਲਾਂ, ਜਿਹੜਾ ਤੁਹਾਡਾ ਕਨਵਰਟਰ ਹੈ ਉਹ ਵੀ ਦੇਸੀ ਲੱਗ ਜਾਣਾ, ਇਹਦੀ 7 ਸਾਲ ਦੀ ਰਿਪਲੇਸਮੈਂਟ ਹੈ ਸੋਫਰ ਦਾ ਲੱਗਿਆ ਹੋਇਆ, ਜਾਂ ਆਪਣੇ ਜਿਵੇਂ ਡੈਲਟਾ ਦੇ ਆਉਂਦੇ ਆ ਉਹਨਾਂ ਦੀ 5 ਸਾਲ ਦਿੰਦੇ, ਆਮ ਤੌਰ 'ਤੇ 5 ਸਾਲ ਹੈ, ਪਰ ਉਹ ਇਹ ਮਤਲਬ ਮੁੜ ਕੇ ਉੱਥੇ ਪ੍ਰੋਬਲਮਸ ਆਉਂਦੀਆਂ। ਇੱਕ ਖੁਸ਼ਵਿੰਦਰ ਜੀ, ਪਿੱਛੇ ਜੇ ਗੜੇ ਪਏ ਸੀ ਹੈ ਨਾ, ਕਈ ਏਰੀਏ ਦੇ ਵਿੱਚ ਮੀਂਹ ਕਾਫੀ ਪਿਆ ਹੈ ਨਾ, ਕੁਦਰਤੀ ਆਫਤ ਆ ਗਈ, ਉਹਦੀ ਵਜ੍ਹਾ ਕਰਕੇ ਸੋਲਰ ਪੈਨਲ ਟੁੱਟ ਗਏ। ਤੁਹਾਡਾ ਵੀ ਆ ਮੈਂ ਦੇਖ ਰਿਹਾ ਇੱਥੇ ਨਾ, ਬਰੀਕ ਬਰੀਕ ਮੈਨੂੰ ਆ ਲਾਈਨਾਂ ਦਿਖ ਰਹੀਆਂ, ਇਹ ਟੁੱਟਿਆ ਹੋਇਆ ਜੀ, ਇਹ ਟੁੱਟਿਆ ਹੋਇਆ ਕੰਮ ਕਰ ਰਿਹਾ ਜੀ ਸਹੀ? ਇਹਦਾ ਜਗਸੀਰ ਜੀ ਇਹ ਹੈ ਵੀ ਟੁੱਟੇ ਦੀ ਕੋਈ ਵਾਰੰਟੀ ਗਰੰਟੀ ਨਹੀਂ, ਵੱਡੇ ਗੜੇ ਪੈ ਜਾਣ, ਕੋਈ ਤੁਹਾਡੇ ਪੱਥਰ ਮਾਰ ਜੇ, ਉਹਦੀ ਕੋਈ ਗਰੰਟੀ ਨਹੀਂ ਦਿੰਦੀ ਕੰਪਨੀ। ਇਹ ਕੀ ਹੋਇਆ, ਸਾਡੇ ਲਾਉਣ ਵੇਲੇ 2 ਪੈਨਲ ਆ, ਤੁਸੀਂ ਨਿਗਾਹ ਮਾਰੋ, ਮੈਂ ਬਾਈ ਜੀ ਨੂੰ ਕਹਿਣਾ ਵੀ ਬਰੀਕ ਬਰੀਕ ਜਿਵੇਂ ਆਪਣਾ ਕਾਰ ਦਾ ਸ਼ੀਸ਼ਾ ਚੂਰ ਚੂਰ ਹੋ ਜਾਂਦਾ, ਉਹ ਇਸ ਤਰ੍ਹਾਂ ਟੁੱਟੇ ਹੋਏ ਆ ਇਹ 2, ਪਰ ਇਹ ਕੰਮ ਪੂਰਾ ਕਰ ਰਹੇ ਹੈ, ਠੀਕ ਹੈ। ਇਹਦੇ 'ਚ ਜਿਹੜਾ ਲਾਉਣ ਵਾਲਿਆਂ ਨੇ ਆਹ ਜ਼ਿਆਦਾ ਇਹਨੂੰ ਕਸਤਾ ਤਾਂ ਉੱਪਰ ਵਾਲਾ ਸ਼ੀਸ਼ਾ ਟੁੱਟ ਗਿਆ,
ਉਹ ਕੰਪਨੀ ਨੇ ਆਪਦੀ ਜ਼ਿੰਮੇਵਾਰੀ ਸਮਝ ਕੇ ਸਾਨੂੰ ਰਿਪਲੇਸਮੈਂਟ ਵਾਸਤੇ ਵਾਪਸ ਭੇਜੇ ਵੇ ਆ, ਦੋ ਇਹ ਬਦਲ ਲਾਂਗੇ ਅਸੀਂ। ਪਰ ਇਹ ਹੈ ਵੀ ਕੰਮ ਉਨਾ ਹੀ ਕਰੀ ਜਾਂਦਾ, 6 ਯੂਨਿਟਾਂ ਪੈਦਾ ਕਰਕੇ ਦੇਈ ਜਾਂਦਾ, ਇਹਦੇ ਨੁਕਸਾਨ ਕੀ ਹੋਊਗਾ? ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਸੈੱਲ ਵੜ ਜੂਗੀ, ਸੈੱਲ ਵੜ ਕੇ ਇਹਨੂੰ ਉਹ ਖਰਾਬ ਕਰਨ ਲੱਗ ਜੂਗੀ, ਉਦੋਂ ਬਾਅਦ ਇਹ ਖਰਾਬ ਹੋ ਜੂਗਾ। ਹੁਣ ਕੰਪਨੀ ਹੈ ਇਹਦਾ ਸ਼ੀਸ਼ਾ ਬਦਲ ਦੂਗੀ, ਇਹ ਕੰਮ ਦਾ ਰਹਿ ਗਿਆ, ਮਤਲਬ ਇਹਦੇ ਫਿਰ ਉਹ ਸੈੱਲ ਖਰਾਬ ਹੋ ਜਾਣਗੇ। ਇਸ ਤਰ੍ਹਾਂ ਇਹ ਕੰਮ ਕਰਨ ਨੂੰ ਹੌਲੀ ਹੌਲੀ ਹਟ ਜਾਂਦਾ। ਇੱਕ ਹੋਰ ਹੈ, 25 ਸਾਲ ਦੀ ਇਹਦੀ ਪੈਨਲਾਂ ਦੀ ਵਾਰੰਟੀ ਆਉਂਦੀ ਹੈ, ਔਰ ਇਹ 25 ਸਾਲਾਂ ਦੇ ਵਿੱਚ 15% ਇਹਦੀ ਜਿਹੜੀ ਪ੍ਰੋਡਕਸ਼ਨ ਹੈ ਘੱਟ ਜਾਣੀ ਹੈ। ਇਹ ਗੱਲ ਧਿਆਨ 'ਚ ਦੇਣ ਵਾਲੀ ਹੈ, 85 ਪੈਸੇ ਰਹਿ ਜਾਣੀ ਹੈ, ਪਰ ਇਹ ਮੁੱਕਣਾ ਹੈ ਨਹੀਂ ਗਾ, 50 ਸਾਲਾਂ ਤੱਕ ਵੀ ਚੱਲੂਗਾ, 100 ਸਾਲ ਤੱਕ ਵੀ ਕੰਮ ਕਰੀ ਜਾਊਗਾ, ਪਰ ਇਹਦੀ ਮਤਲਬ 1% ਆਏ ਸਾਲ ਇਹਦੀ ਪ੍ਰੋਡਕਸ਼ਨ ਘੱਟ ਜਾਂਦੀ ਹੈ। ਇਸ ਤਰ੍ਹਾਂ ਕਰਕੇ ਇਹ ਥੋੜ੍ਹਾ ਜਿਹਾ ਘੱਟ ਜਾਂਦਾ। ਜੇ ਤੁਸੀਂ ਇੱਕ ਹੋਰ ਵੀ ਮੈਂ ਰਾਏ ਦੇਣੀ ਚਾਹੂੰਗਾ, ਜਿਹੜਾ ਕਨਵਰਟਰ ਹੈ, ਜਿਵੇਂ ਮੈਂ 3 ਕਿਲੋਵਾਟ ਦੀ ਥਾਂ 'ਤੇ 5 ਕਿਲੋਵਾਟ ਲਵਾ ਲਿਆ, ਤੁਸੀਂ ਕਨਵਰਟਰ ਵੱਡਾ ਲਵਾ ਲਓ, ਆਉਣ ਵਾਲੇ ਸਮੇਂ ਦੇ ਵਿੱਚ 2-4 ਪੈਨਲ, ਜੇ ਥੋੜ੍ਹੀ ਪ੍ਰੋਡਕਸ਼ਨ ਘੱਟਦੀ ਹੈ 2 ਪੈਨਲ ਹੋਰ ਐਡ ਕਰ ਲਓ, ਉੱਥੇ ਜਾ ਵੜਨੀ। ਇੱਕ ਜਿਹੜਾ ਤੁਸੀਂ ਆਫ ਗ੍ਰਿੱਡ ਬਾਰੇ ਦੱਸਿਆ ਵੀ ਉਹ ਸਿਸਟਮ ਕਾਮਯਾਬ ਨਹੀਂ, ਬੈਟਰੀਆਂ ਲੱਗਦੀਆਂ, ਹੈ ਨਾ, ਉਹ ਕਿਵੇਂ ਨਹੀਂ ਕਾਮਯਾਬ, ਕਿਉਂ ਨਹੀਂ? ਇੱਕ ਤਾਂ ਸਰ ਇਹ ਆਫ ਗ੍ਰਿੱਡ ਦੇ ਵਿੱਚ ਸਬਸਿਡੀ ਹੈ ਨਹੀਂ ਗੀ, ਮਹਿੰਗਾ ਬਹੁਤ ਪੈਂਦਾ, ਨਾਲ ਬੈਟਰੀਜ਼ ਦੇ ਰੇਟ ਜੁੜ ਜਾਂਦੇ ਆ, ਹੈ ਨਾ। ਦੂਜੀ ਗੱਲ ਇਹ ਹੈ ਵੀ ਉਹ ਤੁਹਾਡਾ ਇਨਵਰਟਰ ਦਾ ਖਰਚਾ ਹੀ ਚੱਕੂਗਾ, ਪੱਖੇ ਪੁੱਖੇ ਜਾਂ ਲਾਈਟਾਂ ਹੀ ਚਲਾਊਗਾ, ਉਹਨੇ ਕੋਈ ਏ ਸੀ ਵਗੈਰਾ ਤਾਂ ਚਲਾਉਣਾ ਨਹੀਂ ਗਾ। ਜੇ ਤੁਸੀਂ ਏ ਸੀ ਚਲਾਓਗੇ ਤਾਂ ਤੁਹਾਡੇ ਤੋਂ ਬੈਟਰੀਆਂ ਬਹੁਤ ਜੁੜ ਜਾਣੀਆਂ, ਜਿਵੇਂ ਹੁਣ ਬੈਟਰੀ ਵਾਲੇ ਵਹੀਕਲ ਆ ਗਏ ਹੈ, ਤਾਂ ਮੈਂ ਹੁਣ ਦੇਖਿਆ ਵੀ 8-8, 7-7 ਹਜ਼ਾਰ ਦੀਆਂ ਬੈਟਰੀਆਂ, ਉਹ ਮੁੜ ਕੇ ਬੈਟਰੀਆਂ ਖਰਾਬ ਹੋ ਜਾਂਦੀਆਂ, 2 ਸਾਲ ਨਾ ਉਹ ਢੰਗ ਨਾਲ ਚੱਲਦਾ, 30 ਤੋਂ ਉੱਤੇ 40 ਤੋਂ ਸਪੀਡ ਹੈ ਨਹੀਂ, ਉਹ ਚੀਜ਼ਾਂ ਅਜੇ ਆਪਣੇ ਪੂਰੀ ਟੈਕਨੋਲੋਜੀ ਆਈ ਨਹੀਂ। ਸੋ ਇਹ ਬੈਟਰੀਆਂ ਦੇ ਇੰਨਾ ਖਰਚਾ ਪੈ ਜਾਣਾ, 2-3 ਸਾਲਾਂ ਤੁਹਾਨੂੰ ਬੈਟਰੀਆਂ ਬਦਲਣੀਆਂ ਪੈ ਜਾਣੀਆਂ, ਉਹ ਨਹੀਂ ਕਾਮਯਾਬ ਹੋਇਆ, ਕਿਉਂਕਿ ਪਹਿਲਾਂ ਆਫ ਰੇਟ ਹੀ ਆਇਆ ਸੀ, ਉਹ ਨਹੀਂ ਕਾਮਯਾਬ ਹੋਇਆ। 3 ਸਾਲ ਹੋ ਗਏ ਲੋਕਾਂ ਦੇ ਲੱਗੇ ਹੋਏ ਆ, 1 ਕਿਲੋ-ਕਿਲੋ, 2-2 ਕਿਲੋ-ਵਾਟ ਦੇ, ਪਰ ਉਹ ਇਕੱਲਾ ਇਨਵਰਟਰ ਹੀ ਚਲਾਉਂਦੇ ਆ। ਸੋ ਇਹ ਕਰਕੇ ਹੁਣ ਇਹ ਔਨ ਗ੍ਰੇਡ ਦਿੱਤਾ, ਔਰ ਮੈਨੂੰ ਲੱਗਦਾ ਵੀ ਇਹ ਲੰਬਾ ਸਮਾਂ ਨਹੀਂ ਚੱਲੂਗਾ, ਕਿਉਂਕਿ ਮੈਂ ਇਹਦੇ 'ਚ ਇੱਕ ਗੱਲ ਧਿਆਨ ਦੇਣ ਵਾਲੀ ਹੈ ਵੀ ਆਪਾਂ 8 ਰੁਪਏ ਯੂਨਿਟ ਆਪਾਂ ਨੂੰ ਮਿਲਦੀ ਹੈ, 8 ਰੁਪਏ ਯੂਨਿਟ ਹੀ ਮਹਿਕਮਾ ਵਾਪਸ ਲਈ ਜਾਂਦਾ ਹੈ, ਹੈ ਨਾ। ਉਹਨਾਂ ਨੂੰ ਸੋਲਰ ਤੋਂ ਮਿਲੀ ਜਾਂਦੀ ਹੈ, ਅੱਜ ਜਿਹੜਾ ਸੋਲਰ ਦਾ ਰੇਟ ਹੈ, 2.5 ਰੁਪਏ ਯੂਨਿਟ ਦੇਣ ਵਾਸਤੇ ਕੰਪਨੀਆਂ ਤਿਆਰ ਬੈਠੀਆਂ ਵੀ ਸਾਡਾ ਪਲਾਂਟ ਲਵਾਓ। ਜਿਹੜੇ ਥਰਮਲ ਹੈ ਉਹ 5.5 ਰੁਪਏ ਬਿਜਲੀ ਦੇ ਰਹੇ ਹੈ, ਜਦੋਂ ਉਹਨਾਂ ਨੂੰ 5.5 ਮਿਲ ਰਹੀ ਹੈ, 2.5 ਮਿਲ ਰਹੀ ਹੈ, ਤਾਂ ਅਗਲਾ ਆਪਣੇ ਤੋਂ 8 ਕਿਉਂ ਵਾਪਸ ਲੈਣਗੇ? ਉਹ ਇਹਨਾਂ ਨੇ ਇੱਕ ਮਤਲਬ ਇਹ ਉਹਨਾਂ ਦੀ ਦਰਿਆਦਲੀ ਕਹੂੰਗਾ ਮੈਂ, ਮਤਲਬ ਜਿਹੜਾ ਬਿਜਲੀ ਡਿਪਾਰਟਮੈਂਟ ਦੀ ਵੀ ਉਹ ਲਵਾ ਰਹੇ ਆਪਣੇ ਤੋਂ, ਕਿਉਂਕਿ ਇਹਦੇ ਨਾਲ ਚਲੋ ਲੋਡ ਘੱਟ ਜਾਣਗੇ ਸਾਰੇ ਥਾਵਾਂ 'ਤੇ, ਤਾਂ ਇਹ ਮਤਲਬ ਇੱਕ ਚੰਗਾ ਕਦਮ ਹੈ ਜਿਹੜਾ ਉਹ ਆਪਾਂ ਨੂੰ ਰਿਲੀਫ ਦੇ ਰਿਹਾ, ਲੈ ਲੈਣਾ ਚਾਹੀਦਾ ਇਹ ਸਮਾਂ ਰਹਿੰਦੇ। ਆਪਾਂ ਜਦੋਂ ਥੱਲੇ ਆਪਣੇ ਘਰੇ ਦੇਖਿਆ ਸਾਰੀਆਂ ਲਾਈਟਾਂ ਚੱਲ ਰਹੀਆਂ ਸੀ, ਸਾਰਾ ਕੁਝ ਚੱਲ ਰਿਹਾ ਸੀ, ਹੈ ਨਾ, ਤੁਹਾਨੂੰ ਕਿੰਨਾ ਬਿੱਲ ਆਇਆ ਜੀ? ਮੇਰਾ ਐਤਕੀ ਜੀ ਪਹਿਲਾ ਬਿੱਲ 400 ਰੁਪਏ ਦਾ ਆਇਆ, ਹੈ ਨਾ, ਤਾਂ ਉਹ ਮੈਂ ਉਹ ਵੀ ਅਜੇ ਉਹਨਾਂ ਨੇ, ਕਿਉਂਕਿ ਨਵਾਂ ਲੱਗਿਆ, ਕਿਸੇ ਨੇ ਅਜੇ ਦੇ ਮੀਟਰ ਰੀਡਰ ਨੂੰ ਨਹੀਂ ਵਿਚਾਰੇ ਨੂੰ ਪਤਾ ਲੱਗ ਗਿਆ, ਜੇ ਹੀ ਵਿਚਾਰਾ ਉਹ ਆਏ ਤਾਂ ਉਹਨਾਂ ਨੇ ਧਿਆਨ ਨਾਲ, ਮੈਨੂੰ ਨਹੀਂ ਅਜੇ ਪੂਰੀ ਸਮਝ ਆਉਂਦੀ ਉਹ ਪਲੱਸ ਮਾਈਨਸ ਕੀ ਹੋਈ ਜਾਂਦਾ ਇਹਦੇ ਵਿੱਚ, ਪਰ ਉਹ 400 ਉਹਨਾਂ ਨੇ ਭੇਜਤਾ, ਪਰ ਮੇਰੀਆਂ ਯੂਨਿਟਾਂ ਉਹਨਾਂ ਨੇ ਵੱਧ ਗਈਆਂ ਵੀ, ਮੇਰੀ 150 ਯੂਨਿਟ ਉਹਨਾਂ ਨੇ ਗਈ ਵੀ ਹੈ, ਮੈਂ ਉੱਥੇ ਮਾਈਨਸ ਦੇਖਦਾ ਰਹਿੰਦਾ ਰੋਜ਼। ਸੋ ਇਹਦਾ 400 ਰੁਪਇਆ ਬਿੱਲ ਆਇਆ, ਮੈਂ ਸਮਝਦਾ ਵੀ ਉਹ 20% ਉਹਨਾਂ ਨੇ ਭੇਜਤਾ ਮੈਨੂੰ। ਹਾਂਜੀ, ਇਹਦਾ ਕੋਈ ਇੰਸ਼ੋਰੈਂਸ ਹੋ ਜਾਂਦਾ ਜੀ? ਬਿਲਕੁਲ ਹੋ ਜਾਂਦਾ ਜੀ, ਇਹਦਾ ਇੰਸ਼ੋਰੈਂਸ ਇਹਦਾ ਵੀ ਹੋ ਜਾਂਦਾ, ਜਿਹੜੀਆਂ ਆਪਣੀਆਂ ਮੋਟਰਾਂ ਆਪਾਂ ਲਵਾਈਆਂ ਉਹਦਾ ਵੀ ਹੋ ਜਾਂਦਾ, 4,000 ਰੁਪਇਆ ਉਹ ਲੈਂਦੇ ਆ ਮੋਟਰਾਂ ਵਾਲੇ ਦਾ, ਠੀਕ ਹੈ ਜੀ, ਚੋਰੀ ਤੋਂ, ਟੁੱਟ ਭੱਜ ਤੋਂ। ਪਰ ਇਹ ਹੈ ਵੀ ਤੁਸੀਂ ਇੰਸ਼ੋਰੈਂਸ ਹਰ ਚੀਜ਼ ਦਾ ਹੈਗਾ, ਤੁਸੀਂ ਕਰਵਾਉਣਾ ਚਾਹੋ ਤਾਂ ਕੰਪਨੀਆਂ ਕਰਦੀਆਂ, ਇੰਸ਼ੋਰੈਂਸ ਹੋ ਜਾਂਦਾ, ਜੇ ਤੁਸੀਂ ਬਿਹਤਰ ਸਮਝਦੇ ਤਾਂ ਕਰਾ ਲੈਣਾ ਚਾਹੀਦਾ, ਜੇ ਤੁਸੀਂ ਸੇਫ ਹੈ ਤੁਹਾਡਾ ਤਾਂ ਕੋਈ ਗੱਲ ਨਹੀਂ, ਇਹਨੂੰ ਹੁੰਦਾ ਕੁਛ ਨਹੀਂ ਗਾ ਜੀ। ਇਹ ਜੇ ਇਹਦਾ ਪੈਨਲ ਹੈ ਖਰਾਬ ਹੋਣਾ ਤਾਂ 5-7 ਦਿਨਾਂ ਜੀ ਉਹ ਲੀਕ ਕਰਕੇ ਖਰਾਬ ਹੋ ਜਾਣਾ, ਨਹੀਂ ਇਹ ਨਹੀਂ ਹੋਣਾ ਗਾ, ਚੱਲੀ ਜਾਣਾ ਇਹਨੇ। ਇੱਕ ਫੇਸਬੁੱਕ 'ਤੇ ਮੈਂ ਵੀਡੀਓ ਵੇਖੀ ਸੀ ਜਿਹਦੇ ਵਿੱਚ ਉਹ ਇੱਕ ਏਸੀ ਦਿਖਾ ਕੇ ਕਹਿ ਰਿਹਾ ਵੀ ਜਿਹੜਾ ਇਹ 50-60 ਹਜ਼ਾਰ ਰੁਪਇਆ ਕੀਮਤ ਹੈ ਅਤੇ ਏਸੀ ਚਲਾਊਗਾ ਪੂਰਾ, ਉਹਦੇ ਬਾਰੇ ਵੀ ਸਾਡੇ ਕੋਲ ਬੜੇ ਸਵਾਲ ਆਉਂਦੇ ਆ ਵੀ ਕੀ ਉਹ ਸਿਸਟਮ ਕਾਮਯਾਬ ਹੈ, ਸਹੀ ਕੰਮ ਕਰੂਗਾ, ਕੀ ਉਹ ਜਿਹੜੇ ਏਸੀ ਆਏ ਆ ਇਕੱਲੇ ਸਪੈਸ਼ਲ ਉਹਨੂੰ ਚਲਾਉਣ ਵਾਸਤੇ, ਹੈ ਨਾ, ਉਹ ਸਹੀ ਕੰਮ ਕਰ। ਮੈਂ ਬਿਜਲੀ ਵਰਤਾਂ, ਮੈਨੂੰ ਲੋੜ ਕੀ ਹੈ ਵੀ ਮੈਂ ਨਵੀਂ ਟੈਕਨੋਲੋਜੀ, ਉਹਨੇ ਪਤਾ ਨਹੀਂ ਕਾਮਯਾਬ ਹੋਣਾ ਫੇਲ ਹੋਣਾ, ਵੈਸੇ ਉਹ 80-90 ਹਜ਼ਾਰ ਦੇ ਵੀ ਕਹੀ ਜਾਂਦੇ ਆ, ਕਾਮਯਾਬ ਹੋਊਗੀ ਜ਼ਰੂਰ, ਕਿਉਂਕਿ ਆਪਣੇ ਸਾਇੰਟਿਸਟ ਬੜੇ ਕਾਬਲ ਆ, ਉਹਨਾਂ ਨੇ ਇਹਨੂੰ ਕਾਮਯਾਬ ਕਰ ਲੈਣਾ। ਪਰ ਅੱਜ ਆਪਣੇ ਫਿਲਹਾਲ ਜਿਹੜੇ 4 ਲੱਗੇ ਵੇ ਉਹ ਆਪਾਂ ਪਟਾ ਕੇ ਕਿੱਧਰ ਲਿਜਾਵਾਂਗੇ, ਕੋਈ ਜ਼ਰੂਰਤ ਨਹੀਂ, ਹਰ ਘਰ ਏਸੀ ਹੈਗਾ, ਤੁਸੀਂ ਇਹਨੂੰ ਲਵਾਓ, ਇਹਨੂੰ ਵਰਤੋ,
60,000 ਨੂੰ ਕਿਲੋਵਾਟ ਦਾ ਇਹ ਲੱਗੀ ਜਾਂਦਾ। ਠੀਕ ਹੈ ਜੀ, ਉਹ ਆਪਾਂ ਨਵਾਂ ਇੱਕ ਚੀਜ਼ ਲਿਆ ਕੇ ਟ੍ਰਾਇਲ ਕਰੀ, ਉਹਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਗੀ, ਕਿਉਂਕਿ ਪ੍ਰੋਡਕਸ਼ਨ ਲੈਣੀ ਹੈ ਉਹੀ ਗੀਜ਼ਰ ਰਹਿ ਜਾਣੇ ਆਪਣਾ। ਹੁਣ ਵਾਟਰ ਹੀਟਰ ਜਿਹੜੇ ਲਾਉਂਦੇ ਸੀ ਉਹਦੀ ਵੀ ਕੋਈ ਲੋੜ ਨਹੀਂ ਰਹੀ, ਗੀਜ਼ਰ ਵੀ ਉਹੀ ਚੱਲਣੇ ਆ, ਸਾਰਾ ਕੁਛ ਚੱਲੀ ਜਾਣਾ। ਇਹਦੇ ਤੁਸੀਂ ਦੇਖੋਗੇ ਇਹ ਜਿਹੜੀਆਂ ਪਲੇਟਸ ਹੈ ਨਾ, ਤਕਰੀਬਨ 6x3 ਫੁੱਟ ਦੀਆਂ ਹੁੰਦੀਆਂ, ਇੰਚ ਇੰਚ 2-2 ਇੰਚ ਵੱਡਾ ਹੁੰਦਾ, ਸਾਈਜ਼ ਤਕਰੀਬਨ ਫੁੱਲ ਇਹੀ ਹੁੰਦਾ। ਇਹਦੇ ਜਿਹੜਾ ਇਹਦਾ ਇਹਦੀ ਪਾਵਰ ਹੈ ਇਹ 320 ਵਾਟ ਦੀਆਂ ਲੱਗੀਆਂ ਹੋਈਆਂ ਆਪਣੇ, ਜਿਵੇਂ ਆਪਣੇ ਮੋਟਰਾਂ ਵਾਲੀਆਂ 300 ਦੀਆਂ ਆਈਆਂ ਹੋਈਆਂ ਕੰਪਨੀ ਦੀਆਂ, ਔਰ ਇਹ ਵੱਧ ਤੋਂ ਵੱਧ 360-365 ਤੱਕ ਆਪਣੀਆਂ ਕੰਪਨੀਆਂ ਨੇ ਬਣਾ ਲਈਆਂ, ਚਾਈਨਾ ਨੇ 500 ਵਾਟ ਤੱਕ ਬਣਾ ਲਈਆਂ, ਸਹਿਜ ਇੰਨਾ ਹੀ ਹੈ। ਔਰ ਇਹਦੇ ਵਿੱਚ ਇੱਕ ਆ ਜਿਹੜਾ ਇੱਕ ਖਾਨਾ ਹੁੰਦਾ, ਇੱਕ ਸੈੱਲ ਕਹਿੰਦੇ ਆ ਇਹਨੂੰ, ਇੱਕ ਸੈੱਲ ਆ, ਔਰ ਟੋਟਲ 72 ਸੈੱਲ ਹੁੰਦੇ ਆ ਇਹਦੇ ਪਲੇਟ ਦੇ ਵਿੱਚ, ਆਹ ਇੱਕ ਸੈੱਲ ਹੈ ਜੀ ਇਸ ਤਰ੍ਹਾਂ ਕਰਕੇ, ਆਹ ਵੱਡਾ ਚੌਰਸ, ਔਰ ਇਹ ਸੈੱਲ ਹੈ ਜਿਹੜੇ ਸਾਰੀਆਂ ਕੰਪਨੀਆਂ ਇਹ ਬਾਹਰੋਂ ਇੰਪੋਰਟ ਕਰਦੀਆਂ, ਇੰਡੀਆ ਦੇ ਵਿੱਚ ਇਹ ਨਹੀਂ ਬਣਾਇਆ ਜਾਂਦਾ, ਇਹ ਸਾਰੀਆਂ ਚਾਈਨਾ ਤੋਂ ਇੰਪੋਰਟ ਕਰਕੇ ਉਦੋਂ ਬਾਅਦ ਇਹ ਅਸੈਂਬਲਿੰਗ ਕੀਤੀ ਜਾਂਦੀ ਹੈ। ਇਹ ਕਿਤੇ ਵਹਿਮ ਨਹੀਂ ਕਰਨਾ ਚਾਹੀਦਾ ਵੀ ਜੇ ਟਾਟਾ ਵਾਰੀ ਵਿਕਰਮ ਕੋਈ ਵੀ ਹੈ ਐਨੀਥਿੰਗ, ਮਤਲਬ ਅਡਾਨੀ ਹੈ ਨਾ ਜੀ, ਇਹ ਐਂ ਨਹੀਂ ਹੈ ਵੀ ਮੈਨੂਫੈਕਚਰਿੰਗ ਜੇ ਕਰਦੇ ਆ ਤਾਂ ਇਹਨਾਂ ਨੂੰ 4 ਗੁਣਾ ਮਹਿੰਗਾ ਪੈਂਦਾ ਇਹ ਸੈੱਲ ਹੈ ਜਿਹੜਾ। ਸੋ ਇਹ ਜਿਹੜਾ ਬਾਹਰੋਂ ਆਉਂਦਾ, ਔਰ ਇਹ ਮੈਂ ਵਰਕਿੰਗ ਕਿਵੇਂ ਕਰਦਾ, ਇੱਕ ਇਹਦੀ ਫਿਟਿੰਗ ਦੇਖੋ ਤੁਸੀਂ, 3 ਇਹਦੇ 4 ਅਰਥਿੰਗ ਹੁੰਦੀਆਂ ਆਮ ਤੌਰ 'ਤੇ, ਇੱਕ ਆਹ ਅਰਥ ਜਾ ਰਿਹਾ ਜੀ, ਇੱਕ ਆਹ ਜਾ ਰਿਹਾ, ਇੱਕ ਆਹ ਜਾ ਰਿਹਾ। ਉਹ ਮੈਂ ਬਾਈ ਜਗਸੀਰ ਨੂੰ ਕਹੂੰਗਾ ਥੱਲੇ ਵੀ ਦਿਖਾਓ ਤੁਸੀਂ, ਤਿੰਨਾਂ ਦੇ ਵਿੱਚ ਇਹਨਾਂ ਦੇ ਪਾਈਪ ਹੁੰਦੀਆਂ 8-8, 9-9 ਫੁੱਟ ਦੀਆਂ, ਉਹ ਥੱਲੇ ਬੋਰ ਕਰਕੇ ਉਹਦੇ ਵਿੱਚ ਪਾਈਆਂ ਜਾਂਦੀਆਂ, ਉਹਦੇ ਨਾਲ ਅਰਥ ਜੁੜਿਆ ਜਾਂਦਾ, ਉਹਦੇ ਵਿੱਚ ਲਿਕੁਇਡ ਹੁੰਦਾ ਵੀ ਗਿੱਲਾ ਰਹੇ। ਔਰ ਮੈਂ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਇਹਨੂੰ ਸਿੱਲੇ ਥਾਂ 'ਤੇ ਲਾਉਣ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਇਹਦੇ 'ਚ ਮਹੀਨੇ ਕੁ ਤੋਂ ਬਾਅਦ ਪਾਣੀ ਪੂਣੀ ਪਾ ਦਿਓ, ਛੋਟਾ ਜਿਹਾ ਇੱਕ ਟੋਆ ਜਿਹਾ ਵੀ ਬਣਾਇਆ ਜਾਂਦਾ, ਉੱਤੇ ਗਟਰ ਵਾਲਾ ਢੱਕਣ ਲਾ ਦਿੰਦੇ ਆ ਲੋਹੇ ਦਾ, ਵੀ ਇਹ ਗਿੱਲਾ ਰਹੇ ਔਰ ਅਰਥ ਕੰਮ ਕਰਦਾ ਰਹੇ। 3 ਅਰਥ ਕੀ ਹੈ, 1 ਅਰਥ ਇਹ ਸਟਰਕਚਰ ਨੂੰ ਦੇ ਦਿੰਦੇ ਆ ਜੀ, ਜਿਹੜਾ ਆਹ ਸਟਰਕਚਰ ਹੈ ਸਾਰਾ ਮੇਨ, ਇਹਦੇ ਨਾਲ ਆਹ ਅਰਥ ਕੀਤਾ ਹੋਇਆ, ਇੱਕ ਇਹ ਜਾਵੜਿਆ, 1 ਅਰਥ ਇਹ ਦੇ ਦਿੰਦੇ ਆ ਜਿਹੜੇ ਆਹ ਇਹਦਾ ਕਨਵਰਟਰ ਲੱਗਿਆ ਹੁੰਦਾ, ਇਹਨੂੰ ਕਨਵਰਟਰ ਕਿਹਾ ਜਾਂਦਾ ਕਿਉਂਕਿ ਇਹ DC ਨੂੰ AC 'ਚ ਕਨਵਰਟ ਕਰਦਾ। ਇੱਕ ਇਹਨੂੰ ਆਹ ਦੇਖੋ ਇਹਨਾਂ ਨੇ ਦੇਤਾ, ਅਤੇ 1 ਲਾਈਟ ਤੋਂ ਅਸਮਾਨੀ ਬਿਜਲੀ ਤੋਂ ਜਾ ਰਿਹਾ ਜੀ। ਔਰ ਇਹਦੇ ਵਿੱਚ ਤੁਸੀਂ ਦੇਖੋ ਇਹਦੇ ਆ ਰਿਹਾ, ਮਤਲਬ ਇਹ ਅੱਜ ਤਕਰੀਬਨ 3 ਯੂਨਿਟਾਂ ਇਹ ਬਣਾ ਚੁੱਕਿਆ ਹੁਣ, ਔਰ ਟੋਟਲ ਇਹਨੇ 1004 ਬਣਾਤੀਆਂ, ਔਰ ਕੰਮ ਇਹ ਤਕਰੀਬਨ 2 ਕਿਲੋਵਾਟ ਕਰ ਰਿਹਾ ਜੀ ਪੂਰਾ, 3 ਤੱਕ ਦੁਪਹਿਰ ਤੱਕ ਇਹ ਵੱਧ ਜੂਗਾ। ਔਰ ਹਰੇਕ ਦੇ ਵਿੱਚ ਇਹਦੇ ਲਿਖਿਆ ਹੁੰਦਾ, ਮੈਂ ਵੀਰਾਂ ਨੂੰ ਦੱਸਣਾ ਚਾਹੂੰਗਾ ਤੁਸੀਂ ਪੜ੍ਹਿਆ ਕਰੋ ਜ਼ਰੂਰ, ਆ ਵੀ 320 ਵਾਟ ਦਾ ਹੈਗਾ ਇਹ, ਕੀ ਇਹਦਾ ਸਾਰਾ। ਇਹਦੇ 'ਚ ਇੱਕ ਹੋਰ ਡਾਇਗਰਾਮ ਆਉਂਦਾ ਜਿਹੜਾ ਆ ਹਰੇਕ ਦੇ ਉੱਤੇ ਆਹ ਚਿੱਟਾ ਕਾਗਜ਼ ਲੱਗਿਆ ਹੁੰਦਾ, ਇਹਦੇ 'ਚ ਇਹਦੀ ਮਤਲਬ ਜਦੋਂ ਇਹ ਪੈਦਾ ਹੋਇਆ ਅਤੇ ਫਲੈਸ਼ ਮਾਰਿਆ ਜਾਂਦਾ ਜਦੋਂ ਇਹਨੂੰ ਬਣਾਇਆ ਜਾਂਦਾ ਹੈ ਨਾ, ਇਹ 'ਤੇ ਲਾਈਟ ਮਾਰ ਕੇ, ਕਿਉਂਕਿ ਲਾਈਟ ਨਾਲ ਹੀ ਪੈਦਾ ਹੋਣੀ ਹੈ ਬਿਜਲੀ, ਤਾਂ ਲਾਈਟ ਮਾਰ ਕੇ ਇਹਦੇ 'ਤੇ ਇਹ ਚੈੱਕ ਕੀਤਾ ਜਾਂਦਾ ਵੀ ਇਹਨੇ ਕਿੰਨਾ ਮਤਲਬ ਬਿਜਲੀ ਪੈਦਾ ਕੀਤੀ। ਔਰ ਹਰੇਕ ਦੀ ਅਲੱਗ ਅਲੱਗ ਹੁੰਦੀ ਹੈ ਹਰੇਕ ਪੈਨਲ ਦੀ, ਸੋ ਇਹਦੇ ਉੱਤੇ ਲਾਉਣਾ ਲਾਜ਼ਮੀ ਹੈ, ਹਰੇਕ ਕੰਪਨੀ ਨੂੰ ਉਹਦੇ ਉੱਤੇ ਲਾਉਣਾ ਪੈਂਦਾ, ਡਾਇਗਰਾਮ ਦੇ ਰਾਹੀਂ ਦੱਸਦੇ ਆ ਵੀ ਇਹਨੇ ਇੰਨੀ ਬਿਜਲੀ ਪੈਦਾ ਕੀਤੀ ਹੈ। ਇਹ ਜਾਣਕਾਰੀ ਸੀ ਕਿ ਘਰ ਦੇ ਵਿੱਚ ਸੋਲਰ ਪੈਨਲ ਕਿੰਨਾ ਕੁ ਕਾਮਯਾਬ ਹੈ, ਪਰ ਘਰ ਦੇ ਨਾਲ ਨਾਲ ਇਹ ਖੇਤਾਂ ਦੇ ਵਿੱਚ ਮੋਟਰ 'ਤੇ ਵੀ ਉਨਾ ਹੀ ਕਾਮਯਾਬ ਹੈ ਜਿੰਨਾ ਘਰਾਂ ਦੇ ਵਿੱਚ। ਸੋ ਮੋਟਰ 'ਤੇ ਲੱਗੇ ਇਹ ਸੋਲਰ ਪੈਨਲ ਬਾਰੇ ਹੁਣ ਆਪਾਂ ਦੇਖਦੇ ਹਾਂ ਪੂਰੀ ਡਿਟੇਲ ਦੇ ਵਿੱਚ। ਤਾਂ ਇਹ ਆਪਣਾ ਜਿਹੜਾ ਇਹ 5 ਦੀ ਮੋਟਰ ਹੈ ਜੀ, ਔਰ ਇਹ AC ਕਨੈਕਸ਼ਨ ਅਸੀਂ ਹੈ ਜਿਹੜੇ ਪੇਡਾਂ ਨੇ ਹੁਣੇ 2700 ਕਨੈਕਸ਼ਨ ਜਾਰੀ ਕੀਤਾ ਸੀ ਉਹਦੇ 'ਚ ਲਿਆ, 5 ਦੀ ਮੋਟਰ ਹੈ, ਮੱਛੀ ਮੋਟਰ ਹੈ ਜੀ। ਔਰ ਇੱਥੇ ਜਿਹੜਾ ਪਾਣੀ ਹੈ ਸਾਡੇ, ਮੈਂ ਦਰਸ਼ਕ ਵੀਰਾਂ ਨੂੰ ਵੀ ਦੱਸ ਦੇਣਾ ਚਾਹੁੰਦਾ, ਪਾਣੀ ਸਾਡਾ ਇੱਥੇ 15 ਫੁੱਟ 'ਤੇ ਹੀ ਹੈ, ਉੱਚਾ ਪਾਣੀ ਹੈ, ਔਰ 70 ਫੁੱਟ ਸਾਡੇ ਟਿਊਬਵੈੱਲ ਹੈ, ਇਹ ਫਿਲਟਰ ਕੈਪਟੀ ਅਸੀਂ ਬਣਾਇਆ ਹੋਇਆ। ਸੋ ਇਹ ਕਰਕੇ ਤਾਂ 5 ਦੀ ਮੋਟਰ ਹੈ, 5 ਦਾ ਹੀ ਮਿਲਦਾ ਇਹ। ਔਰ ਅਸੀਂ ਮੈਂ ਪਿੱਛੇ ਇੱਕ ਸੋਲਰ ਐਕਸਪੋ ਲੱਗਿਆ ਸੀ ਦਿੱਲੀ, ਉੱਥੇ ਮੈਂ ਦੇਖ ਕੇ ਆਇਆ ਸੀਗਾ, ਵੱਧ ਤੋਂ ਵੱਧ ਜਿਹੜੀ ਵੱਡੀ ਮੋਟਰ ਹੈ ਸੋਲਰ ਦੇ ਵਿੱਚ ਉਹ 100 HP ਤੱਕ ਦੀ ਬਣੀ ਹੈ, ਜਿਹੜੀ ਉੱਥੇ ਉਹਨਾਂ ਨੇ ਡਿਸਪਲੇ ਕਰੀ ਹੋਈ ਸੀ, ਮਤਲਬ 1 ਤੋਂ ਲੈ ਕੇ 10 ਤੱਕ ਦੀਆਂ ਮੋਟਰਾਂ ਸੀ, ਔਰ ਉਹ ਮਤਲਬ ਪਾਣੀ ਵੱਧ ਤੋਂ ਵੱਧ 150 ਫੁੱਟ ਤੱਕ ਉਹ ਚੱਕਦੀਆਂ, ਉਦੋਂ ਵੱਧ ਇਹਦੀ ਪਾਵਰ ਨਹੀਂ ਹੁੰਦੀ। ਇਹ ਕੀ ਹੈ ਵੀ ਜਿਹੜੇ ਇੱਕ ਤਾਂ ਇਹ 5 ਕਿਲੋਵਾਟ ਦੇ ਆਏ ਸੀ AC ਕਨੈਕਸ਼ਨ, ਜਿਹੜੀ ਇਹ ਲਾਈਟ ਪੈਦਾ ਹੁੰਦੀ ਹੈ DC ਹੁੰਦੀ ਹੈ, ਜਿਹੜੀ ਆਪਣੀ ਬੈਟਰੀਆਂ ਵਾਲੀ ਲਾਈਟ ਹੁੰਦੀ ਹੈ, ਉਹਨੂੰ ਇਹ ਕਨਵਰਟਰ ਕਹਿੰਦੇ ਆ, ਕਨਵਰਟ ਕਰਕੇ AC 'ਚ ਪੈਦਾ ਕਰ ਦਿੰਦਾ।
ਅਤੇ ਏ ਸੀ ਨਾਲ ਆਪਣੀਆਂ ਜਿਹੜੀਆਂ ਜਿਵੇਂ ਘਰਾਂ 'ਚ ਲਾਈਟ ਆਉਂਦੀ ਆ ਉਹ ਲਾਈਟ ਹੁੰਦੀ ਆ, ਉਹ ਇਹਨੇ ਅੰਦਰ ਤੁਹਾਨੂੰ ਮੋਟਰ ਵੀ ਦਿਖਾਵਾਂਗੇ, ਮੋਟਰ ਉਹਦੇ ਨਾਲ ਚੱਲ ਰਹੀ ਹੈ, ਇਹਦਾ ਕਨਵਰਟਰ ਹੈ ਜੀ, ਸਾਰਾ ਇਹਦੇ 'ਤੇ ਆ ਰਿਹਾ ਵੀ ਕਿੰਨੀ ਲਾਈਟ ਪੈਦਾ ਹੋ ਰਹੀ ਹੈ। ਬਾਕੀ ਆਹ ਇਹਨਾਂ ਦਾ ਇੰਟਰਨੈਟ ਇਹਨਾਂ ਨੇ ਨਾਲ ਦਿੱਤਾ ਜੇ ਇਹਨਾਂ ਨੇ ਚਲਾਉਣਾ ਆ ਕੇ ਇਹਦੇ 'ਚ ਸਿਮ ਵਗੈਰਾ ਪਾਉਣਾ ਰਿਲਾਇੰਸ ਨਾਲ ਹੋਇਆ ਵਿਆ ਇਹਨਾਂ ਦਾ, ਵੀ ਉੱਥੋਂ ਬੈਠੇ ਕਈ ਚੀਜ਼ਾਂ ਇਹ ਠੀਕ ਕਰਦਿਆ ਕਰਨਗੇ, ਬਾਕੀ ਚੋਰੀ ਵਗੈਰਾ ਹੁੰਦਾ ਤਾਂ ਇਹਨਾਂ ਨੂੰ ਪਤਾ ਲੱਗ ਜਾਇਆ ਕਰੂਗਾ। ਇਹ ਇਹਨਾਂ ਦਾ ਕਨਵਰਟਰ ਹੈ ਜੀ, ਆਹ ਇਹਦੇ ਪੈਨਲ ਹੈ, ਪੈਨਲ ਤੁਸੀਂ ਨੋਟ ਕਰਿਓ 300 ਵਾਟ ਦੇ ਪੈਨਲ ਲਾਏ ਆ ਇਹਨਾਂ ਨੇ, ਜਿਹੜਾ ਅਸੀਂ ਲਾਏ ਹੈ ਉਹ 320 ਵਾਟ ਦੇ ਆ ਜਿਹੜੇ ਉੱਪਰ ਛੱਤ 'ਤੇ ਲਾਏ ਹੋਏ ਆ। ਇਹ ਤੁਸੀਂ ਕੈਲਕੂਲੇਸ਼ਨ ਕਰ ਲੈਣੀ ਹੈ, ਕਿਉਂਕਿ 1000 ਵਾਟ ਦੇ ਵਿੱਚ ਮਤਲਬ 1 ਕਿਲੋ ਵਾਟ 'ਚ 1000 ਵਾਟ ਹੁੰਦੇ ਆ, ਜੇ 300 ਦੇ ਹਿਸਾਬ ਨਾਲ ਆਪਾਂ 3 ਲਾਵਾਂਗੇ ਤਾਂ 900 ਵਾਟ ਹੀ ਰਹਿ ਜੂਗਾ, ਉੱਥੇ 100 ਵਾਟ ਦਾ ਫਰਕ ਹੈ। ਤੁਸੀਂ ਪਰ ਵਾਟ ਰੇਟ ਹੁੰਦਾ, ਮਤਲਬ 1 ਵਾਟ ਦਾ ਰੇਟ ਹੁੰਦਾ, ਜੇ 300 ਵਾਟ ਆ ਤਾਂ ਵਾਟ ਦੇ ਹਿਸਾਬ ਨਾਲ, ਕਿਲੋ ਵਾਟ ਦਾ ਰੇਟ ਨਹੀਂ ਹੁੰਦਾ। ਉਹ ਤੋਂ ਬਾਅਦ ਤਾਂ ਮੈਂ ਤੁਹਾਨੂੰ ਇਹੀ ਬਸ ਜਾਣਕਾਰੀ ਦੇਣੀ ਸੀ, ਪੈਨਲ ਹੈ ਸਿਰਫ, ਆ ਸਟਰਕਚਰ ਬੜਾ ਵਧੀਆ ਸੋਹਣਾ ਐਤਕੀ ਕੰਪਨੀ ਨੇ ਦਿੱਤਾ, ਪ੍ਰੀਮੀਅਰ ਦੇ ਇਹ ਜਿਹੜੇ ਲੱਗੇ ਹੋਏ ਆਪਣੇ, ਔਰ 2 ਆਉਂਦੇ ਆ, 1 DC ਆਉਂਦਾ, 1 AC ਆਉਂਦਾ। ਇਹ AC ਆ 5 ਦੀ ਮੱਛੀ ਮੋਟਰ ਨਾਲ ਇਹਨਾਂ ਨੇ ਦਿੱਤਾ, ਜਿਹੜਾ DC ਆ ਉਹਦੇ 3 ਦੀ ਮੋਟਰ ਮਿਲਦੀ ਹੈ, ਉਹਦੀ ਕੰਜਪਸ਼ਨ ਜਿਹੜਾ ਉਹਦੀ ਪਾਵਰ ਹੈ ਜ਼ਿਆਦਾ, ਕਿਉਂਕਿ ਉਹ ਸਿੱਧਾ DC ਤਿਆਰ ਹੋਇਆ, ਉਹਨੂੰ ਕਨਵਰਟ ਕਰਨ 'ਚ ਇਹਦੇ ਪਾਵਰ ਘੱਟ ਜਾਂਦੀ ਹੈ, ਉਹ ਸਿੱਧਾ ਹੀ DC ਮੋਟਰ ਹੈ। ਪਰ ਉਹਦੇ 'ਚ ਇਹ ਹੈ ਵੀ ਉਹ ਚੱਲ ਵੀ ਸੁਬਹ ਹੀ ਪੈਂਦਾ ਹੈ, ਥੋੜ੍ਹਾ ਜਿਹਾ ਵੇਟ ਕਰਨੀ ਪੈਂਦੀ, ਜਦੋਂ ਪੂਰਾ ਸੂਰਜ ਆ ਜਾਂਦਾ ਉੱਤੇ ਲਾਈਟ ਨਾਲ ਚੱਲਦਾ, ਹੀਟ ਨਾਲ ਇਹਦਾ ਕੋਈ ਸੰਬੰਧ ਨਹੀਂ ਹੁੰਦਾ, ਗਰਮੀ ਨਾਲ ਇਹਦਾ ਸੰਬੰਧ ਨਹੀਂ, ਇਹਨੇ ਲਾਈਟ ਨਾਲ ਚੱਲਣਾ, ਔਰ ਇਹ ਜਦੋਂ 7 ਵਜੇ ਸਟਾਰਟ ਹੋ ਜਾਂਦਾ ਸ਼ਾਮ ਦੇ 5 ਵਜੇ ਤੱਕ ਚੱਲੀ ਜਾਂਦਾ, ਦੁਪਹਿਰੇ ਦਾ ਪੂਰਾ ਹੀ ਚੱਲਦਾ 6 ਘੰਟੇ, ਮਤਲਬ ਸੁਬਹਾ ਅਤੇ ਸ਼ਾਮ ਥੋੜ੍ਹਾ ਜਿਹਾ ਘੱਟ ਚੱਲਦਾ। ਔਰ ਇਹਦੇ 'ਚ ਮੈਂ ਇੱਕ ਹੋਰ ਬੜੀ ਨੋਟ ਗੱਲ ਕੀਤੀ ਹੈ, ਕਿਉਂਕਿ ਰਾਜਸਥਾਨ ਵੀ ਮੈਂ ਖੇਤੀ ਕਰਦਾ, ਉੱਥੇ 2 ਪਹਿਲਾਂ ਲਵਾਏ ਸੀ, ਇਹਦਾ ਜਿਹੜਾ ਬਾਗਬਾਨੀ ਵਾਲੇ ਆ ਜਿਨ੍ਹਾਂ ਨੇ ਡ੍ਰਿਪ ਨਾਲ ਜੋੜਨਾ, ਔਰ ਦੂਸਰਾ ਜਿਹੜਾ ਡੱਗ ਬਣੇ ਹੋਏ ਆ ਬਿਜਲੀ ਪਾਣੀ ਵਾਲੇ, ਹੈ ਨਾ, ਉਹਨਾਂ ਦੇ ਬਹੁਤ ਜ਼ਿਆਦਾ ਕਾਮਯਾਬ ਆ, ਕਿਉਂਕਿ ਉਹਦੇ ਇਕੱਠਾ ਕਰੀ ਜਾਓ, ਜਿੰਨੀ ਲੋੜ ਆ ਤੁਸੀਂ ਆਪਦਾ ਵਰਤ ਲਓ। ਸੋ ਇਹ ਮਤਲਬ ਉਹਨਾਂ ਵਾਸਤੇ ਵੀ ਇਹ ਬਹੁਤ ਵਧੀਆ ਲੋੜਵੰਦ ਚੀਜ਼ ਸਾਬਤ ਹੋ ਸਕਦੀ ਹੈ। ਇਹ ਬਾਇਓਡਾਇਰੈਕਸ਼ਨਲ ਮੀਟਰ ਹੈ ਜਿਹੜਾ ਮੇਨ ਮੀਟਰ ਦੀ ਥਾਂ 'ਤੇ ਲੱਗਦਾ, ਦੋਵੇਂ ਪਾਸਿਆਂ ਇਹ ਵਰਕ ਕਰਦਾ, ਔਰ ਮਾਈਨਸ ਪਲੱਸ ਕਰਦਾ ਵੀ ਕਿੰਨੀਆਂ ਆਪਣੀਆਂ ਗਈਆਂ, ਕਿੰਨੀਆਂ ਆਈਆਂ ਯੂਨਿਟਾਂ। ਵਾਤਾਵਰਨ ਨੂੰ ਬਚਾਉਣ ਦੇ ਲਈ ਅਤੇ ਪੋਲਿਊਸ਼ਨ ਘਟਾਉਣ ਦੇ ਲਈ ਇੱਕ ਛੋਟਾ ਜਿਹਾ ਉਪਰਾਲਾ ਖੁਸ਼ਵਿੰਦਰ ਸਿੰਘ ਜੀ ਨੇ ਹੋਰ ਕੀਤਾ ਕਿ ਆਪਣੇ ਬੱਚੇ ਨੂੰ ਸਾਈਕਲ ਗਿਫਟ ਕੀਤਾ ਹੈ ਜਿਹੜਾ ਕਿ ਚਾਰਜ ਹੋ ਕੇ ਚੱਲਦਾ ਹੈ, ਪੋਲਿਊਸ਼ਨ ਵੀ ਕੋਈ ਨਹੀਂ, ਅਤੇ ਬਾਕੀ ਇਸ ਤੋਂ ਇਲਾਵਾ ਕੋਈ ਕਿਸੇ ਕਿਸਮ ਦਾ ਕੋਈ ਐਕਸੀਡੈਂਟ ਹੋਣ ਦਾ ਵੀ ਡਰ ਨਹੀਂ। ਜੇਕਰ ਸੋਲਰ ਪੈਨਲ ਨਾਲ ਜੁੜਿਆ ਕੋਈ ਤੁਹਾਡਾ ਸਵਾਲ ਹੈ ਤਾਂ ਤੁਸੀਂ ਆਪਣੀ ਖੇਤੀ ਐਪ 'ਤੇ ਆਪਣਾ ਸਵਾਲ ਪੋਸਟ ਕਰ ਸਕਦੇ ਹੋ। ਖੁਸ਼ਵਿੰਦਰ ਸਿੰਘ ਬਰਾੜ ਜੀ ਸਾਡੇ ਨਾਲ ਐਜ਼ ਏ ਮਾਹਿਰ ਆਪਣੀ ਖੇਤੀ 'ਤੇ ਜੁੜੇ ਹੋਏ ਹਨ, ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਸਹੀ ਜਾਣਕਾਰੀ ਉਸ ਬਾਰੇ ਤੁਹਾਡੇ ਤੱਕ ਪਹੁੰਚਾਈ ਜਾਵੇ। ਹੋਰ ਨਵੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਆਪਣੀ ਖੇਤੀ ਦੇ ਨਾਲ। ਧੰਨਵਾਦ।